ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ? ਠੀਕ ਹੋ? ਅੱਜ ਤੁਹਾਡੇ ਵੀਰ ਨੇ ਜੀ ਪਾਉਣੀ ਆ ਖਾਦ DAP ਅਤੇ ਮਾਸ਼ਾਅੱਲਾ ਮਸਰੀ ਬਹੁਤ ਹੀ ਸ਼ਾਨਦਾਰ ਲੱਗੀ ਹੋਈ ਆ ਬਾਗ ਨੂੰ, ਤੁਹਾਨੂੰ ਦਿਖਾਉਂਦਾ ਮਾਸ਼ਾਅੱਲਾ ਬਹੁਤ ਹੀ ਆਲਾ ਜ਼ਬਰਦਸਤ। ਅੱਲਾਹ ਪਾਕ ਦੀ ਰਹਿਮਤ ਦੇ ਨਾਲ ਨਾ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ, ਮਸਰੀ ਬਹੁਤ ਹੀ ਆਲਾ ਲੱਗੀ ਹੋਈ ਆ। ਅੱਛਾ ਦੇਖੋ ਜੀ ਮਾਸ਼ਾਅੱਲਾ ਮਸਰੀ ਕਹਿ ਲਓ ਜੀ, ਇਹ ਛੋਟਾ ਕਹਿ ਲਓ ਜੀ ਕਿਨੋ ਦਾ ਕਿਹੜਾ ਦਾਣਾ ਬਹੁਤ ਹੀ ਜ਼ਬਰਦਸਤ ਲੱਗਾ ਹੋਇਆ ਮਾਸ਼ਾਅੱਲਾ। ਇਹਨੂੰ ਇੱਕ ਸਪਰੇਅ ਪਹਿਲੇ ਕਰ ਦਿੱਤੀ ਸੀਗੀ, ਤਿੰਨ ਜ਼ਹਿਰਾਂ ਦਾ ਮਿਕਸਚਰ ਮਿਕਸ ਕਰਕੇ ਕੀਤੀ ਸੀਗੀ ਸਪਰੇਅ। ਦੇਖੋ ਮਾਸ਼ਾਅੱਲਾ ਮਸਰੀ ਬਹੁਤ ਹੀ ਜ਼ਬਰਦਸਤ ਲੱਗੀ ਅੱਲਾਹ ਪਾਕ ਦੀ ਰਹਿਮਤ ਦੇ ਨਾਲ। ਕਿਹਦੀ ਮਸਰੀ ਤਾਂ ਇਸ ਦਫ਼ਾ ਰੁਝਾਨ ਹੈ, ਜਾਂ ਕਹਿ ਲਓ ਕਿ ਕਿਹਦੀ ਮਸਰੀ ਲੱਗੀ ਆ ਲੋਕਾਂ ਦੇ ਬਾਗਾਂ ਦੇ ਅੰਦਰ, ਉਹ ਕਮ ਮਕਦਾਰ ਦੇ ਅੰਦਰ ਲੱਗੀ ਆ। ਅਬੇ ਜਲਦੀ ਬੋਲ, ਪਹਿਲੋਂ ਮੌਸਮ ਦੀ ਕਿਹੜੀ ਸੂਰਤ ਹਾਲ ਸੀਗੀ, ਉਹ ਇੰਨੀ ਬਾਗਾਂ ਵਾਸਤੇ ਐਤਕੀ ਅੱਛੀ ਨਹੀਂ ਰਹੀ, ਜਾਂ ਦੂਸਰੇ ਲਫਜ਼ਾਂ 'ਚ ਕਹਿ ਲਓ ਕਿ ਐਤਕੀ ਬਾਗ ਪਿਛਲੇ ਸਾਲ ਬਾਗਾਂ ਨੇ ਕਿਹੜਾ ਫਲ ਸੀਗਾ ਉਹ ਜ਼ਿਆਦਾ ਚੱਕ ਲਿਆ, ਅਤੇ ਇਸ ਦਫ਼ਾ ਕਿਹੜਾ ਬਾਗਾਂ ਨੇ ਫਲ ਚੱਕਿਆ ਉਹ ਕਮ ਚੱਕਿਆ, ਅਤੇ ਬਹੁਤ ਤੇਜ਼ ਹੋ ਰਿਹਾ ਹੈ, ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ। ਤੁਹਾਡੇ ਵੀਰ ਨੂੰ ਅੱਜ ਸਾਰਾ ਦਿਨ ਕੰਮ ਕੀਤਾ ਕਿ ਅੱਜ ਹੈਗਾ ਸੰਡੇ, ਅਤੇ ਸੰਡੇ ਵਾਲੇ ਦਿਨ ਜੀ ਕਿਹੜੀ ਰੂਟੀਨ ਹੁੰਦੀ ਆ ਕਾਫੀ ਟਫ ਹੁੰਦੀ ਆ, ਅਤੇ ਹੁਣ ਖਾਦ 2 ਬੋਰੇ DAP ਦੇ ਯੂਜ਼ ਕਰਨੇ ਆ 2 ਏਕੜ ਨੂੰ, ਅਤੇ 1 DAP ਦੇ ਅੰਦਰ ਹੁੰਦੀ ਆ 50 KG ਖਾਦ, 50 KG ਖਾਦ ਦੇ ਅਤੇ ਹੁਣ 100 ਬੂਟਾ ਮੈਂ ਲਗਾਇਆ ਸੀਗਾ ਮਾਸ਼ਾਅੱਲਾ, ਅਤੇ ਪਰ ਏਕੜ ਦੇ ਅੰਦਰ 100 ਬੂਟਾ ਲਗਾਇਆ ਗਿਆ। ਅਤੇ ਦੂਸਰੀ ਚੀਜ਼ ਇਹ ਆ ਜੀ, ਹੁਣ ਹਰ ਬੂਟੇ ਨੂੰ ਮੈਂ ਦੱਸਦਾ ਕਿੰਨੀ ਕਿੰਨੀ ਖਾਦ ਆਏਗੀ, ਮੈਂ ਕੰਡਾ ਲੈ ਕੇ ਆਇਆ ਜੀ ਉਸ ਹਿਸਾਬ ਦੇ ਨਾਲ ਉਨੀ ਉਨੀ ਖਾਦ ਪਾਉਣੀ ਆ। ਲਓ ਜੀ ਸ਼ੁਰੂ ਕਰਦੇ ਹਾਂ। ਲਓ ਜੀ ਇਹ ਹੈ ਕੰਡਾ ਜੀ, ਅਤੇ ਹੁਣ ਦੇ ਰਿਹਾ ਲੇਕਿਨ ਕਿਉਂਕਿ ਥੱਲੇ ਇਹਦੇ ਦਿੱਤੇ ਆ ਸਟੇਬਿਲਿਟੀ ਵਾਸਤੇ ਜੀ, ਇਹਨੇ 4 ਪੁਆਇੰਟ ਦਿੱਤੇ ਹੋਏ ਆ, ਸ਼ਾਇਦ ਤੁਹਾਨੂੰ ਨਜ਼ਰ ਆ ਰਹੇ ਹੁਣ ਆ ਸਟੇਬਿਲਿਟੀ ਦੇ 4 ਪੁਆਇੰਟ ਨੇ, ਅਤੇ ਅਗਰ ਇਹਨੂੰ ਮੇਨਟੇਨ ਕਰਾਂਗੇ ਦੈਨ ਆਹ 0-0 'ਤੇ ਹੋਏਗਾ, ਅਗਰ ਲੈਵਲ ਬਰਾਬਰ ਹੋਏਗਾ ਇਸਦਾ ਜ਼ਮੀਨ ਦੇ ਉੱਪਰ, ਅਗਰ ਇਸਦਾ ਲੈਵਲ ਬਰਾਬਰ ਹੋਏਗਾ ਅਤੇ ਦੈਨ ਕੀ ਹੋਏਗਾ ਜੀ ਇਹ ਆਪਣਾ ਵਜ਼ਨ ਸਹੀ ਕਰੇਗਾ। ਲੇਕਿਨ ਹੁਣ ਕੀ ਕਰ ਰਿਹਾ ਜੀ, 159 ਗ੍ਰਾਮ ਆ ਰਿਹਾ, ਸ਼ਾਇਦ ਨਜ਼ਰ ਆ ਰਿਹਾ ਵੇ ਨਜ਼ਦੀਕ ਦੇ ਉੱਪਰ 159 ਗ੍ਰਾਮ ਆ ਰਿਹਾ, ਕਿਉਂਕਿ ਜ਼ਮੀਨ ਦਾ ਲੈਵਲ ਬਰਾਬਰ ਕਰਨ ਵਾਸਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ। ਅਤੇ ਆਹ ਹੁਣ ਕੰਡਾ ਲੈ ਕੇ ਜਾ ਰਿਹਾ ਜੀ ਦੂਸਰੀ ਸਾਈਡ 'ਤੇ, ਟੂਬਲ ਲਗਾਇਆ ਹੈ ਅਤੇ ਉੱਥੇ ਜਾ ਰਿਹਾ ਵਾਂ, ਅਤੇ ਟੂਬਲ ਵਾਲੀ ਜਗ੍ਹਾ 'ਤੇ ਰੱਖ ਕੇ ਅਤੇ ਇਹਦਾ ਲੈਵਲ ਕਰਾਂਗੇ ਬਰਾਬਰ, ਅਤੇ ਲੈਵਲ ਕਿਲੋ ਬਰਾਬਰ ਹੋ ਜਾਏਗਾ। ਅਤੇ ਕਿਉਂਕਿ ਇੱਕ ਪੌਦੇ ਨੂੰ ਜਾਂ ਇੱਕ ਬੂਟੇ ਨੂੰ 1/2 ਕਿਲੋ ਖਾਦ ਆਉਣੀ ਆ, ਅਤੇ 1/2 ਕਿਲੋ ਖਾਦ ਇੱਕ ਬੂਟੇ ਨੂੰ ਯੂਜ਼ ਕਰਨੀ ਆ, ਕਿਉਂਕਿ ਹੁਣ ਸਾਰੇ ਬੂਟਿਆਂ ਨੂੰ ਮਕਦਾਰ ਤਾਂ ਸੇਮ ਰੱਖਣੀ ਆ, ਅਤੇ ਇਸ ਵਾਸਤੇ ਲੈਵਲ ਕਰਕੇ ਤਾਂ ਫਿਰ ਹੀ ਖਾਦ ਦਾ ਯੂਜ਼ ਕਰਾਂਗੇ ਜੀ। ਲਾਈਨ 'ਤੇ ਆਹ ਦੇਖੋ ਜੀ ਲੈਵਲ ਹੋ ਗਿਆ ਬਰਾਬਰ, 0-0 'ਤੇ ਆ ਗਿਆ ਮੇਰਾ ਕਾਂਟਾ, ਕਿਉਂਕਿ ਮੈਂ ਆਇਆ ਸੀਗਾ ਜੀ ਟੂਬਲ ਦੇ ਉੱਪਰ, ਅਤੇ ਟੂਬਲ ਲਗਾਇਆ ਜੀ ਇੱਥੇ, ਅਤੇ ਹੁਣ ਪਹਿਲਾਂ ਤਾਂ ਇਸਦਾ ਵਜ਼ਨ ਦੇਖ ਲਾਂਗੇ ਜੀ। ਇਹਦਾ ਹੋ ਗਿਆ ਜੀ 98 ਗ੍ਰਾਮ, ਲੋ ਜੀ ਸ਼ੁਰੂ ਕਰਨ ਲੱਗਿਆ DAP ਖਾਦ। ਅਤੇ ਦੋਸਤ ਮੇਰੇ ਵੀ ਸਾਰੇ ਆ ਗਏ ਨੇ, ਅਤੇ ਕਹਿੰਦੇ ਸੀ ਇਕੱਠੇ ਕੰਮ ਕਰਦੇ ਹਾਂ ਅੱਜ, ਅਤੇ ਕਿਉਂਕਿ ਟਾਈਮ ਸ਼ਾਰਟ ਹੈ ਅਤੇ ਮੁਲਾਜ਼ਮ ਮਿਲਿਆ ਨਹੀਂ ਸੀਗਾ ਅੱਜ, ਕਿਉਂਕਿ ਹਰ ਬੰਦਾ ਗੰਦਮ ਦੀ ਕਟਾਈ ਦਾ ਕੰਮ ਕਰ ਰਿਹਾ, ਅਤੇ ਸਾਰੇ ਦੋਸਤ ਕਹਿ ਰਹੇ ਸੀਗੇ ਅਸੀਂ GD ਭਾਈ ਟੈਨਸ਼ਨ ਨਾਲ ਲਿਆ ਕੇ ਕੰਮ ਹੁੰਦਾ, ਕਿਉਂਕਿ ਆਹ ਦਿਨਾਂ ਦੇ ਵਿੱਚ ਬੰਦਾ ਨਹੀਂ ਲੱਭਦਾ ਹੈਗਾ। ਅਤੇ ਆ ਗਏ ਦੋਸਤ ਮੇਰੇ ਸਾਰੇ ਨਾਲ ਨਾ, ਅਤੇ ਕੰਮ ਕਰਵਾਉਂਗੇ ਮੇਰੇ ਨਾਲ, ਅਤੇ ਤੁਹਾਡੇ
ਪਰ ਕਿੰਨਾ ਦੇ ਬੂਟੇ ਨੂੰ 500 ਗ੍ਰਾਮ ਇਸਤੇਮਾਲ ਕਰਨੀ ਹੈ ਜੀ ਤੁਹਾਡੇ ਵੀਰ ਨੇ ਖਾਦ, ਅਤੇ ਤੁਹਾਨੂੰ ਪਤਾ ਜੀ ਤੁਹਾਡੇ ਵੀਰ ਨੇ ਪਹਿਲੇ ਹੀ ਤੁਹਾਨੂੰ ਵਜ਼ਨ ਕਰਕੇ ਦੱਸਿਆ ਕਿੰਨਾ ਵਜ਼ਨ ਹੋਏਗਾ, ਅਤੇ ਸਟੀਲ ਦਾ ਤੇਰਾ ਵਜ਼ਨ ਵੀ ਆ ਗਿਆ ਨਾਲ, ਅਤੇ ਉਹ ਕੱਢ ਦਿੱਤਾ ਜੀ, ਅਤੇ ਟੋਟਲ ਕੈਲਕੂਲੇਸ਼ਨ ਤੋਂ ਬਾਅਦ ਤੁਹਾਨੂੰ ਵੀਰ ਨੇ ਦੱਸਿਆ ਕਿ ਕਿੰਨਾ ਵਜ਼ਨ ਹੋਏਗਾ, ਠੀਕ ਹੋ ਗਿਆ ਜੀ। ਲਓ ਜੀ ਇੰਨੀ ਖਾਦ ਇਸਤੇਮਾਲ ਕਰਾਂਗੇ ਜੀ, ਅਤੇ ਇਸ ਤਰ੍ਹਾਂ ਜੀ ਤੁਸੀਂ ਇੱਕੋ ਜਗ੍ਹਾ 'ਤੇ ਨਹੀਂ ਫੈਂਕ ਦੇਣੀ ਹੈਗੀ, ਇਹਨੂੰ ਖਿਲਾਰ ਕੇ ਸੁੱਟਣਾ ਜੀ। ਜੀ ਪੀਜ਼ਾ ਵੀ ਆ ਗਿਆ ਤੁਹਾਡੇ ਵੀਰ ਵਾਸਤੇ ਮੁਰੱਬੇ ਦੇ ਵਿੱਚ, ਅਤੇ ਮਾਸ਼ਾਅੱਲਾ ਮਗਰਬ ਵੀ ਹੋਣੇ ਵਾਲੀ, ਅੱਲਾ ਖਿਆਲ ਰੱਖੇ। ਅਤੇ ਉਸ ਪਿੰਡ ਦੇ ਵਿੱਚ ਜੀ ਪੀਜ਼ਾ ਇੱਦਾਂ ਦਾ ਹੀ ਮਿਲਦਾ, ਪਿੰਡ ਦੇ ਵਿੱਚ ਮੁਰੱਬੇ ਦੇ ਵਿੱਚ ਮੰਗਵਾਇਆ ਪੀਜ਼ਾ ਇਸ ਟਾਈਮ ਨਾ, ਅਤੇ ਹੁਣ ਕਾਸ਼ੀ ਭਾਈ ਵੀ ਨੇ, ਕਾਸ਼ੀ ਕੀ ਹਾਲ ਆ? ਵਧੀਆ, ਖੁਸ਼ ਹਾਂ? ਖੁਸ਼ ਰਿਹਾ ਕਰ, 4 ਦਿਨ ਦੀ ਜ਼ਿੰਦਗੀ ਆ, ਤੁਸੀਂ ਵੀ ਖੁਸ਼ ਰਿਹਾ ਕਰੋ, ਅੱਲਾ ਖਿਆਲ ਰੱਖੇ। 4 ਦਿਨ ਤੋਂ ਬਾਅਦ ਸਾਰੇ ਮੇਲੇ ਖਤਮ ਹੋ ਜਾਣੇ ਇਸ ਦੁਨੀਆ ਦੇ, ਸਾਰਿਆਂ ਨੇ ਇੱਥੋਂ ਚੱਲ ਜਾਣਾ ਜਲਦੀ ਜਲਦੀ, ਅਤੇ ਖੁਸ਼ ਰਿਹਾ ਕਰੋ, ਖੁਸ਼ ਰੱਖਿਆ ਕਰੋ ਆਪ। ਦੇਖੋ ਜੀ ਤੁਹਾਡੇ ਵੀਰ ਨੇ ਮੰਗਾਈ ਆ ਗੋਰਮੇ ਕੋਕ, ਤੁਸੀਂ ਬਿਲਕੁਲ ਨਾ ਪੀਆ ਕਰੋ ਕਿਉਂਕਿ ਇਸ ਦਾ ਮੁਸਲਿਮ ਕਮਿਊਨਿਟੀ ਨੂੰ ਨੁਕਸਾਨ ਹੈ, ਅਤੇ ਇਸ ਵਾਸਤੇ ਗੋਰਮੇ ਤੁਸੀਂ ਬੋਤਲ ਯੂਜ਼ ਕਰਾਂਗੇ, ਅਤੇ ਇਸ ਦਾ ਪਾਕਿਸਤਾਨ ਕਮਿਊਨਿਟੀ ਨੂੰ, ਮੁਸਲਮਾਨਾਂ ਨੂੰ ਅਤੇ ਸਾਡੇ ਇਸ ਦੇ ਵਿੱਚ ਮਫਾਦ ਨੇ ਕਿਉਂਕਿ ਇਹ ਪਾਕਿਸਤਾਨੀ ਬ੍ਰਾਂਡ ਨੇ, ਪਾਕਿਸਤਾਨੀ ਬ੍ਰਾਂਡ ਯੂਜ਼ ਕਰਿਆ ਕਰੋ ਤੁਸੀਂ, ਅਤੇ ਇਸ ਵਾਸਤੇ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਰਹੇਗਾ ਸਾਡੇ ਵਾਸਤੇ ਵੀ, ਸਾਡੇ ਮੁਸਲਿਮ ਕਮਿਊਨਿਟੀ ਵਾਸਤੇ ਵੀ। ਭਾਈ ਮਜ਼ਾ ਆਇਆ। ਲਓ ਜੀ ਖਾਦ ਪਾ ਲਈਏ, ਮੇਰੇ ਵੀਰਾਂ ਨੇ, ਕਾਸ਼ੀ ਭਾਈ ਵੀ ਆਏ ਸੀਗੇ, ਕੱਲ੍ਹ ਮੇਰੇ ਵੀਰ ਨੇ ਸਕੂਲ ਵੀ ਜਾਣਾ, ਛੋਟੇ ਵੀਰ ਨੇ ਨਾ, ਅਤੇ ਕਾਸ਼ੀ ਸਕੂਲ ਜਾਣਾ ਸੁਬਾਹ ਨੂੰ, ਲੈ ਆਇਆ ਨਾਲ, ਅਤੇ ਆਹ ਦੂਸਰੇ ਭਾਈ ਨੇ ਮੇਰੇ, ਇਹਨਾਂ ਨੇ ਮੇਰੀ ਅੱਜ ਕਾਫੀ ਹੈਲਪ ਕੀਤੀ ਹੈ ਇੱਥੇ ਕੰਮ ਦੇ ਵਿੱਚ, ਅਤੇ ਮਿਲਦੇ ਹਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖੇਗਾ, ਆਪਣੇ ਵੀਰ ਨੂੰ ਲਾਈਕ ਕਰਿਆ ਕਰੋ, ਸਬਸਕ੍ਰਾਈਬ ਮਾਰਿਆ ਕਰੋ, ਸ਼ੇਅਰ ਕਰਿਆ ਕਰੋ ਆਪਣੇ ਵੀਰ ਦੀ ਵੀਡੀਓ, ਅਤੇ ਮਿਲਦੇ ਹਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।